ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅੱਧੀ ਰਾਤ 2 ਵਜੇ ਕੂੜੀ ਨਾਲ ਪਾਣੀ ਪੀਣ ਗਈ ਕੂੜੀ ਦੇ ਮੂਹਰੇ ਖੜੀ ਹੋਈ ਸੀ ਮੋਤ ਸ਼ਾਈ ਸੋਕ ਦੀ ਲਹਿਰ ਆਇਤਾ ਜਵਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚ ਹੱਥ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਆਂ ਪੰਜਾਬ ਵਿੱਚ ਜਿੱਥੇ ਕਰੋਨਾ ਗਿਆ ਸਭ ਚਾਈ ਕਮੀ ਕਾਰਨ ਲੋਕਾਂ ਵਿੱਚ ਰਾਹਤ ਮਹਿਸੂਸ ਕੀਤੀ ਕਿਉਂਕਿ ਇਸ ਕਰੋਨਾ ਦੇ ਕਾਰਨ ਬਹੁਤ ਸਾਰੀਆਂ ਜ਼ਿੰਦਗੀਆਂ ਇਸ ਪਾਣੀ ਸੰਸਾਰ ਨੂੰ ਹਮੇਸ਼ਾ ਦੀ ਅਲਵਿਦਾ ਆ ਗਿਆ ਨੇ ਜਿੱਥੇ ਇਸ ਕਰੋਨਾ ਦਾ ਕਹਿਰ ਵਪਾਰ ਵਾਪਰਿਆ ਹੈ ਉੱਥੇ ਹੀ ਹੋਣ ਵਾਲੇ ਸੜਕ ਹਾਸੇ ਤੇ ਹੋਰ ਵੀ ਕਈ ਦਿਨ ਦੇ ਹਾਸਤਾ ਵਿੱਚ ਲੋਕਾਂ ਦੀ ਜਾਨ ਚਲੀ ਗਈ ਹੁਣ ਰਾਤ ਨੂੰ 2 ਵਜੇ ਪਾਣੀ ਪੀਣ ਗਈ ਕੁੜੀ ਨਾਲ ਵਾਪਰਿਆ ਹਾਸਾ ਜਿੱਥੇ ਉਸ ਦੀ ਮੌਤ ਹੋ ਕੇ ਤੇ ਸੋਗ ਦੀ ਲਹਿਰ ਫੈਲ ਗਈ ਹੈ ਆਪਾ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਦੇ ਭਗਤ ਸਿੰਘ ਕਲੋਨੀ ਤੋਂ ਬੀਤੀ ਰਾਤ ਸਾਹਮਣੇ ਆਈ ਹੈ ਜਿੱਥੇ ਇੱਕ 12 ਸਾਲ ਬੱਚੀ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਹਾਸਾ ਉਸ ਸਮੇਂ ਵਰ ਜਦੋਂ ਪਰਿਵਾਰ ਖਾਲੀ ਪਲਾਟ ਵਿੱਚ ਰਾਤ ਦੇ ਸਮੇਂ ਵਿੱਚ ਬਣਾਈ ਗਈ ਝੁੱਗੀ 'ਚ ਸੌ ਰਿਹਾ ਸੀ ਉਸ ਸਮੇਂ 12 ਸਾਲ ਦੀ ਬੱਚੀ ਪਾਣੀ ਪੀਣ ਗਈ ਉਦਦਰਮ ਉਹ ਤੇ ਪਹਿਲਾਂ ਤੋਂ ਮੌਜੂਦ ਇੱਕ ਸੱਪ ਵੱਲੋਂ ਬੱਚੀ ਦੇ ਪੈਰ ਉੱਪਰ ਉਸ ਨੂੰ ਡੱਸ ਲੈ ਗਿਆ ਜਿਸ ਕਾਰਨ ਬੱਚੇ ਵੱਲੋਂ ਚੀਕ ਮਾਰੀ ਗਈ ਤੇ ਤੇ ਬੱਚੀ ਮੌਕੇ ਤੇ बेहोश ਹੋ ਗਈ ਪਰਿਵਾਰਕ ਮੈਂਬਰ ਵੱਲ ਤੁਰੰਤ ਹੀ ਬੱਚੀ ਦੀ ਚੀਖ ਸੁਣ ਕੇ ਬੱਚੀ ਦੀ ਹਾਲਤ ਖਰਾਬ ਹੋ ਗਈ ਉਹ ਤੇ ਉਹਨਾਂ ਨਿੱਜੀ ਹਸਪਤਾਲ ਚਲ ਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਉੱਧਰ ਪਰਿਵਾਰਕ ਮੈਂਬਰਾਂ ਨੂੰ ਮੌਕੇ ਤੇ ਸਪੇਰੇ ਨੂੰ ਬੁਲਾਇਆ ਗਿਆ ਜਿਸ ਵੱਲੋਂ ਝੁੱਗੀ ਵਿੱਚ ਮੌਜੂਦ ਦੋ ਸੱਪਾਂ ਨੂੰ ਕਾਬੂ ਕੀਤਾ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਪਹਿਲਾਂ ਕਾਫੀ ਸਮਾਂ ਝਾੜਫੂਕ ਵਿੱਚ ਬਰਬਾਦ ਕਰ ਦਿੱਤਾ ਸੀ ਜਿਸ ਕਾਰਨ ਬੱਚੇ ਨੂੰ ਹਸਪਤਾਲ ਵਿੱਚ ਲਿਜਾਇਆ ਨਹੀਂ ਜਾ ਸਕਿਆ ਜਿਸ ਕਾਰਨ ਮਾਸੂਮ ਬੱਚੀ ਤਰਸਦੀ ਰਹੀ ਅਤੇ ਉਸਦੀ ਮੌਤ ਹੋ ਗਈ ਇਸ ਘਟਨਾ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਹੈ ਕਮੈਂਟ ਸੈਕਸ਼ਨ ਉਸ ਦੀ 12 ਸਾਲਾ ਦੀ ਬੱਚੀ ਲਈ ਵਾਹਿਗੁਰੂ ਲਿਖਣਾ ਤਾਂ ਜੋ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ